ਬਠਿੰਡਾ 에ਅਰਫੋਰਸ ਸਟੇਸ਼ਨ ਤੋਂ ਯੂਪੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਰਮੇਸ਼ ਨਾਂ ਦੇ ਇਸ ਦੋਸ਼ੀ ਨੂੰ 에ਅਰਫੋਰਸ ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ। ਪੰਜਾਬ ਪੁਲਿਸ ਨੇ ਵੀ ਇਸ ਨੂੰ 2 ਦਿਨ ਦੇ ਰਿਮਾਂਡ ਉੱਤੇ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਧਰ ਦੂਜੇ ਪਾਸੇ ਫੜੇ ਗਏ ਦੋਸ਼ੀ ਦੇ ਵਕੀਲ ਨੇ ਦੋਸ਼ੀ ਨੂੰ ਦਿਮਾਗੀ ਤੌਰ ਤੇ ਬਿਮਾਰ ਦੱਸਿਆ ਅਤੇ ਕਿਹਾ ਕਿ ਰਮੇਸ਼ ਮਾਨਸਿਕ ਤੌਰ ਤੇ ਪਰੇਸ਼ਾਨ ਹੈ, ਜੋ ਕਿ 에ਅਰਫੋਰਸ ਸਟੇਸ਼ਨ ਤੇ ਘੁੰਮਦੇ ਹੋਏ ਫੜਿਆ ਗਿਆ। ਉਹਨਾਂ ਕਿਹਾ ਕਿ ਇਸ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਕਿੱਥੇ ਘੁੰਮ ਰਿਹਾ ਹੈ, ਇਸ ਲਈ ਵਕੀਲ ਨੇ ਕੋਰਟ ਵਿੱਚ ਐਪਲੀਕੇਸ਼ਨ ਲਗਾਈ ਹੈ ਤਾਂ ਕਿ ਇਸ ਨੂੰ ਛੇਤੀ ਹੀ ਬੇਲ ਮਿਲ ਸਕੇ। ਜੋ ਅੱਜ ਐਕਿਊਜ਼ਡ ਪੁਲਿਸ ਵਾਲੇ ਨੇ ਕੋਰਟ 'ਚ ਪੇਸ਼ ਕੀਤਾ ਹੈਗਾ, ਮੈਂ ਉਹਦਾ ਵਕੀਲ ਹਾਂ। ਸੋਮਵਾਰ ਇਹਦੇ ਪਰਿਵਾਰ ਦੇ ਬੰਦੇ ਆਏ ਸੀਗੇ, ਮੈਨੂੰ ਇਹ ਹਾਇਰ ਕਰਕੇ ਗਏ ਸੀਗੇ। ਇਹ ਬਡੋਲੀ ਪਿੰਡ ਹੈਗਾ ਉੱਤਰ ਪ੍ਰਦੇਸ਼ ਦੇ, ਉੱਥੋਂ ਦਾ ਰਹਿਣ ਵਾਲਾ ਹੈਗਾ, ਜੋ ਕਿ ਮੈਂਟਲੀ ਤੌਰ 'ਤੇ ਠੀਕ ਨਹੀਂ ਹੈਗਾ। ਜੁਰਮ ਤਾਂ ਇਹ 에ਅਰਫੋਰਸ ਦੇ ਜਿਹੜਾ ਪ੍ਰਵਾਹੀ ਏਰੀਆ ਸੀਗਾ ਮਨਾਈ, ਉਹਦੇ ਵਿੱਚ ਇਹ ਘੁਸ ਗਿਆ ਸੀਗਾ ਅਤੇ ਇਹਨੂੰ ਐਂ ਨਹੀਂ ਪਤਾ ਵੀ ਮੈਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। ਤਾਂ ਇਸ ਕਰਕੇ ਮੈਨੂੰ ਤਾਂ ਇਹ ਇੱਕ ਮੈਂਟਲ ਤੌਰ 'ਤੇ ਬੰਦਾ ਲੱਗਦਾ ਹੈਗਾ, ਜੋ ਆਪਣਾ ਘਰੋਂ ਚੱਲ ਗਿਆ, ਇਹਨੂੰ ਐਂ ਨਹੀਂ ਪਤਾ ਵੀ ਮੈਂ ਕਿੱਥੋਂ ਦਾ ਰਹਿਣ ਵਾਲਾ ਅਤੇ ਆਪਦਾ ਇਹ ਘਰੋਂ ਭੱਜਿਆ ਹੋਇਆ ਹੈ। ਇਹ ਜੀ 에ਅਰਫੋਰਸ ਨੇ ਫੜ ਕੇ ਦਿੱਤਾ, ਉਹਨਾਂ ਦੀ ਕੋਈ 에ਅਰਫੋਰਸ ਦੀ ਕੰਧ ਟੱਪ ਗਿਆ ਸੀ, ਇਹਦੇ 'ਤੇ ਉਹ 380-511 ਚੋਰੀ ਵਾਲੀ ਅਤੇ 3/7/1923 ਸੀਕਰੇਟ ਐਕਟ। ਸਰ ਇਹਦਾ ਕੋਈ ਮੈਡੀਕਲ ਵਗੈਰਾ ਕਰਾਇਆ ਹੈ? ਮੈਡੀਕਲ ਤਾਂ ਕਰਵਾ ਕੇ ਹੀ ਕੋਰਟ 'ਚ ਪੇਸ਼ ਕਰਾਂਗੇ। ਫੋਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਰਿੰਗ ਦ ਬੈਲ।